ਲਾਰੈਂਸ ਬਿਸ਼ਨੋਈ ਈਦ ਦੀਆਂ ਵਧਾਈਆਂ ਦੇ ਰਿਹਾ ਅਤੇ ਵਧਾਈਆਂ ਦੇ ਰਿਹਾ ਪਾਕਿਸਤਾਨ ਦੇ ਵਿੱਚ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ। ਜਦੋਂ ਇਹ ਉਸ ਨੂੰ ਵਧਾਈਆਂ ਦੇ ਰਿਹਾ ਇੱਕ ਵੀਡੀਓ ਕਾਲ ਕਰ ਰਿਹਾ ਅਤੇ ਬਾਅਦ 'ਚੋਂ ਇਹ ਜਿਹੜੀ ਵੀਡੀਓ ਕਾਲ ਦਾ ਇੱਕ ਕਲਿੱਪ ਇਹ ਸ਼ਹਿਜ਼ਾਦ ਭੱਟੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਇਹ ਵਾਇਰਲ ਹੋਣ ਲੱਗਾ। ਹੁਣ ਜਿਹੜਾ ਲਾਰੈਂਸ ਬਿਸ਼ਨੋਈ ਆ ਇਹ ਤਾਂ ਇਸ ਵੇਲੇ ਬੰਦ ਹੈਗਾ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ, ਅਹਿਮਦਾਬਾਦ ਦੇ ਵਿੱਚ ਇਹ ਜੇਲ੍ਹ ਆ, ਹਾਈ ਸਿਕਿਉਰਿਟੀ ਜੇਲ੍ਹ ਇਹ ਦੱਸੀ ਜਾਂਦੀ ਆ। ਤਾਂ ਹੁਣ ਇਹ ਫਿਰ ਮੋਬਾਈਲ ਫੋਨ ਦੇ ਉੱਤੇ ਜਿਹੜਾ ਵੀਡੀਓ ਕਾਲ ਕਰ ਰਿਹਾ। ਇਹ ਤੋਂ ਪਹਿਲਾਂ ਵੀ ਇਹ ਲਾਰੈਂਸ ਬਿਸ਼ਨੋਈ ਜਿਹੜਾ ਦੱਸਿਆ ਜਾਂਦਾ ਵੀ ਜਦੋਂ ਇਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਸੀਗਾ ਤਾਂ ਇਹਨੇ ਇੱਕ ਨਿਊਜ਼ ਚੈਨਲ ਨੂੰ, ਨੈਸ਼ਨਲ ਨਿਊਜ਼ ਚੈਨਲ ਨੂੰ ਲਗਾਤਾਰ ਦੋ ਵਾਰੀ ਇੰਟਰਵਿਊ ਜਿਹੜਾ ਵਾ ਉਹ ਕੀਤਾ ਸੀਗਾ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਿੱਥੇ ਆਪਣੇ ਆਪ ਨੂੰ ਜਿਹੜਾ ਵਾ ਉਹ ਬਿਲਕੁਲ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਤੋਂ ਬਾਅਦ ਜਦੋਂ ਇਹਨੂੰ 195 ਕਰੋੜ ਡਰੱਗ ਮਾਮਲੇ ਦੇ ਵਿੱਚ ਗੁਜਰਾਤ ਪੁਲਿਸ ਉੱਥੇ ਲੈ ਜਾਂਦੀ ਆ, ਅਹਿਮਦਾਬਾਦ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਆ, ਤਾਂ ਪਤਾ ਇਹ ਲੱਗਦਾ ਵੀ ਜਿਹੜੀ 195 ਕਰੋੜ ਦੀ ਇਹ ਜਿਹੜੀ ਡਰੱਗ ਆ ਇਹ ਪਾਕਿਸਤਾਨ ਵੱਲੋਂ ਆਈ ਇੱਕ ਕਿਸ਼ਤੀ 'ਚੋਂ ਬਰਾਮਦ ਹੋਈ ਸੀਗੀ। 6 ਪਾਕਿਸਤਾਨੀ ਜਿਹੜੇ ਆ ਉਸ ਕਿਸ਼ਤੀ 'ਚੋਂ ਗ੍ਰਿਫਤਾਰ ਕੀਤੇ ਗਏ ਸੀ, ਜਿਨ੍ਹਾਂ ਕੋਲੋਂ ਇਹ ਐਡੀ ਭਾਰੀ ਮਾਤਰਾ ਦੇ ਵਿੱਚ ਡਰੱਗ ਬਰਾਮਦ ਹੋਈ ਸੀ। ਉਸ ਕੇਸ ਦੇ ਵਿੱਚ ਪੁੱਛਗਿੱਛ ਵਾਸਤੇ ਇਹਨੂੰ ਗੁਜਰਾਤ ਲੈ ਕੇ ਗਏ ਹੋਏ ਆ ਅਤੇ ਗੁਜਰਾਤ ਤੋਂ ਇਹ ਸ਼ਖਸ ਜਿਹੜਾ ਇਹ ਈਦ ਦੀਆਂ ਵਧਾਈਆਂ ਦੇ ਰਿਹਾ। ਫਿਰ ਦੂਜੇ ਪਾਸੇ ਜੇ ਬਲਕੌਰ ਸਿੰਘ ਸਵਾਲ ਚੁੱਕਦੇ ਆ ਤਾਂ ਉਹ ਬਿਲਕੁਲ ਸੱਚੇ ਨੇ ਆਪਣੀ ਥਾਂ ਦੇ ਉੱਤੇ। ਉਹ ਕਹਿੰਦੇ ਆ ਵੀ ਕਦੀ ਇਹ ਜਿਹੜਾ ਵਾ ਇੰਟਰਵਿਊਜ਼ ਕਰਦਾ, ਕਦੀ ਇਹ ਮੋਬਾਈਲ ਫੋਨ ਦੇ ਉੱਤੇ ਗੱਲਾਂ ਕਰਦਾ, ਹੁਣ ਤਾਂ ਇਹ ਦੇਸ਼ੋਂ ਪਾਰ ਯਾਨੀ ਕਿ ਪਾਕਿਸਤਾਨ ਦੇ ਵਿੱਚ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਜਿਹੜਾ ਵਾ ਉਹਦੇ ਨਾਲ ਗੱਲਬਾਤ ਕਰ ਰਿਹਾ, ਉਹਨੂੰ ਈਦ ਦੀਆਂ ਜਿਹੜੀਆਂ ਵਧਾਈਆਂ ਦੇ ਰਿਹਾ। ਹੁਣ ਇਹਦੇ ਕੋਲ ਫੋਨ ਆ ਕਿੱਥੋਂ ਜਾਂਦਾ? ਜਦੋਂ ਇਹਨੇ ਕਿਸੇ ਦੇ ਨਾਲ ਗੱਲਬਾਤ ਕਰਨੀ ਹੁੰਦੀ ਆ ਇਹਨੂੰ ਇਹ ਹਾਈਟੈਕ ਇਕੁਪਮੈਂਟ ਜਿਹੜੇ ਆ ਇਹ ਮੁਹੱਈਆ ਕੌਣ ਕਰਾਉਂਦਾ? ਅਤੇ ਸਾਬਰਮਤੀ ਜੇਲ੍ਹ ਦੀ ਜਿਹੜੀ ਵਾਰਡ ਦੇ ਵਿੱਚ ਬੰਦ ਆ ਉਹ ਕਹਿੰਦੇ ਬਿਲਕੁਲ ਹਾਈ ਸਿਕਿਉਰਿਟੀ ਵਾਰਡ ਆ ਜੀ, ਉਹ ਬਿਲਕੁਲ ਹਾਈ ਸਿਕਿਉਰਿਟੀ, ਉੱਥੇ ਜਿਹੜੇ ਇਕੁਪਮੈਂਟ ਲੱਗੇ ਹੋਏ ਆ, ਸਾਜ਼ੋ ਸਮਾਨ ਲੱਗਾ ਹੋਇਆ ਵੀ ਉੱਥੇ ਚਿੜੀ ਨਹੀਂ ਫੜਕ ਸਕਦੀ, ਕਿਸੇ ਕਿਸਮ ਦਾ ਮੋਬਾਈਲ ਨੈਟਵਰਕ ਜਿਹੜਾ ਉੱਥੇ ਕੰਮ ਨਹੀਂ ਕਰਦਾ। ਪਰ ਜੇ ਇਹ ਕੁਝ ਇੱਦਾਂ ਹੋਵੇ ਜੋ ਸਰਕਾਰ ਦਾਅਵਾ ਕਰਦੀ ਆ ਤਾਂ ਫਿਰ ਇਹ ਈਦ ਦੀਆਂ ਵਧਾਈਆਂ ਦੇਵੇ, ਫਿਰ ਇਹ ਆਪਣੇ ਦੋਸਤਾਂ ਦੇ ਨਾਲ ਗੱਲ ਕਰੇ। ਇਹ ਤੋਂ ਪਹਿਲਾਂ ਵੀ ਇੱਕ ਆਡੀਓ ਵਾਇਰਲ ਹੋਇਆ ਸੀਗਾ ਜਦੋਂ ਅਮਰੀਕਾ ਦੇ ਵਿੱਚ ਇੱਕ ਕਾਰੋਬਾਰੀ ਨੂੰ ਲਾਰੈਂਸ ਬਿਸ਼ਨੋਈ ਨੇ ਫੋਨ ਕੀਤਾ ਸੀਗਾ, ਜਿਹੜਾ ਕਿ ਦੱਸਿਆ ਜਾਂਦਾ ਵੀ ਕਲਾਕਾਰਾਂ ਦੇ ਪ੍ਰੋਗਰਾਮ ਔਰਗਨਾਈਜ਼ ਕਰਦਾ। ਅਤੇ ਜਦੋਂ ਉਹ ਸ਼ਖਸ ਇਹ ਗੱਲ ਕਹਿਣ ਲੱਗਾ ਵੀ ਮੈਂ ਕਿੱਦਾਂ ਇਹ ਮੰਨ ਲਵਾਂ ਵੀ ਜਿਹੜਾ ਤੂੰ ਗੱਲ ਕਰ ਰਿਹਾ ਤੂੰ ਲਾਰੈਂਸ ਬਿਸ਼ਨੋਈ ਆ, ਤਾਂ ਲਾਰੈਂਸ ਬਿਸ਼ਨੋਈ ਉਹਨੂੰ ਕਹਿੰਦਾ ਉਹ ਆਡੀਓ ਕਲਿੱਪ ਜਿਹੜਾ ਉਹ ਵੀ ਵਾਇਰਲ ਹੋਇਆ ਸੀ, ਕਹਿੰਦਾ ਵੀ ਤੂੰ ਆਪਣਾ ਨਾ ਵੀਡੀਓ ਔਨ ਕਰ। ਫਿਰ ਜਿੱਦਾਂ ਹੀ ਉਹ 2 ਸੈਕਿੰਡ ਵਾਸਤੇ ਵੀਡੀਓ ਔਨ ਹੁੰਦਾ ਤਾਂ ਕਹਿੰਦਾ ਹਾਂਜੀ ਹਾਂਜੀ ਮੈਂ ਸਮਝ ਗਿਆ ਜੀ ਤੁਸੀਂ ਲਾਰੈਂਸ ਬੋਲ ਰਹੇ ਹੋ। ਸੋ ਇਹਦੇ ਕੋਲ ਇਹ ਸਾਰਾ ਸਮਾਨ ਆ ਕਿੱਥੋਂ ਜਾਂਦਾ? ਔਰ ਜਦੋਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਉਹਦੇ ਬਾਵਜੂਦ ਜਿਹੜਾ ਪੁਲਿਸ ਹੈ ਕੋਈ ਕਾਰਵਾਈ ਨਹੀਂ ਕਰਦੀ, ਇਹਨੂੰ ਬਿਲਕੁਲ ਠੰਡੇ ਬਸਤੇ 'ਚ ਪਾਇਆ ਹੋਇਆ। ਔਰ ਹੁਣ ਤਾਂ ਲਗਭਗ ਇਹਨੂੰ 1 ਸਾਲ ਹੋ ਗਿਆ, ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਇਹਨੂੰ ਗੁਜਰਾਤ ਲੈ ਗਏ ਸੀਗੇ ਅਤੇ ਨਾਲ ਹੀ ਇੱਕ ਸਪੈਸ਼ਲ ਧਾਰਾ ਦੇ ਤਹਿਤ ਇਹਨੇ ਗੁਜਰਾਤ ਹੀ ਰਹਿਣਾ 1 ਸਾਲ ਤੱਕ। ਇਹਨੇ ਅਗਰ ਕਿਤੇ ਵੀ ਤਰੀਕ ਭੁਗਤਣੀ ਆ, ਕਿਉਂਕਿ ਭਾਰਤ ਦੀਆਂ ਵੱਖ ਵੱਖ ਅਦਾਲਤਾਂ ਦੇ ਵਿੱਚ ਇਹਦੇ ਬਾਬਤ ਮੁਕੱਦਮੇ ਚੱਲਦੇ ਆ, ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਇਹਦਾ ਨਾਂ ਪ੍ਰਮੁੱਖ ਤੌਰ 'ਤੇ ਆਇਆ ਸੀਗਾ ਅਤੇ ਅਦਾਲਤ ਦੇ ਵਿੱਚ ਇਹ ਮੁੱਕਰ ਜਾਂਦਾ ਅਤੇ ਜਦੋਂ ਇਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਾ ਅਤੇ ਉਦੋਂ ਆਪਣੇ ਆਪ ਨੂੰ ਜਸਟੀਫਾਈ ਕਰਦਾ ਵੀ ਸਾਡੀ ਤਾਂ ਉਹਦੇ ਨਾਲ ਪੁਰਾਣੀ ਲਾਗਡਾਟ ਸੀਗੀ। ਸੋ ਕਿਤੇ ਨਾ ਕਿਤੇ ਆ ਹੁਣ ਵੀਡੀਓ ਜਦੋਂ ਕੱਲ੍ਹ ਦੇਰ ਰਾਤ ਦਾ ਵਾਇਰਲ ਹੋ ਰਿਹਾ ਲਾਰੈਂਸ ਬਿਸ਼ਨੋਈ ਦਾ ਸ਼ਹਿਜ਼ਾਦ ਭੱਟੀ ਦੇ ਨਾਲ, ਜਿਹੜਾ ਪਾਕਿਸਤਾਨ ਦਾ ਇੱਕ ਗੈਂਗਸਟਰ ਦੱਸਿਆ ਜਾਂਦਾ ਜਿਹਨੂੰ ਇਹ ਈਦ ਦੀ ਵਧਾਈ ਦੇ ਰਿਹਾ ਅਤੇ ਇਹ ਵੀ ਇਸ ਵੀਡੀਓ ਦੇ ਵਿੱਚ ਕਹਿ ਰਿਹਾ ਅੱਛਾ ਈਦ ਪਾਕਿਸਤਾਨ ਦੇ ਵਿੱਚ ਕੱਲ੍ਹ ਹੈ ਅਤੇ ਮੈਂ ਕੱਲ੍ਹ ਤੁਹਾਨੂੰ ਦੁਬਾਰਾ ਫੋਨ ਕਰੂੰਗਾ। ਯਾਨੀ ਕਿ ਇਹ ਤੋਂ ਇੱਕ ਗੱਲ ਇਹ ਵੀ ਸਿੱਧ ਹੁੰਦੀ ਆ ਵੀ ਇਹਦੇ ਕੋਲ ਫੋਨ ਉੱਥੇ ਪੱਕਾ ਹੀ ਹੈ, ਇਹਨੂੰ ਘੜੀ ਦੀ ਘੜੀ ਫੋਨ ਨਹੀਂ ਦਿੱਤਾ ਜਾਂਦਾ, ਇਹਦੇ ਕੋਲ ਇਹਦੇ ਸੈੱਲ ਦੇ ਵਿੱਚ ਇਹਦੇ ਬੈਰਕ ਦੇ ਵਿੱਚ ਫੋਨ ਇਹਦੇ ਕੋਲ ਪੱਕਾ ਹੀ ਉੱਥੇ ਦਿੱਤਾ ਹੋਇਆ। ਸੋ ਕਿਤੇ ਨਾ ਕਿਤੇ ਹੁਣ ਸਰਕਾਰ ਦੇ ਉੱਤੇ
ਬਹੁਤ ਵੱਡੇ ਸਵਾਲ ਖੜ੍ਹੇ ਹੁੰਦੇ ਆ, ਖਾਸ ਤੌਰ 'ਤੇ ਗ੍ਰਹਿ ਮੰਤਰਾਲੇ ਦੇ ਉੱਤੇ, ਕਿ ਤੁਸੀਂ ਡਰੱਗ ਫੜ ਲਈ 195 ਕਰੋੜ ਦੀ, ਜਿਹਦੇ ਵਿੱਚ 6 ਪਾਕਿਸਤਾਨੀ ਫੜੇ, ਨਾਮ ਜੋੜ ਦਿੱਤਾ ਲਾਰੈਂਸ ਬਿਸ਼ਨੋਈ ਦਾ, ਤੁਸੀਂ ਇਹਨੂੰ ਉੱਥੇ ਲੈ ਗਏ ਅਤੇ ਹੱਥ ਅਜੇ ਤੱਕ ਤੁਹਾਡੇ ਖਾਲੀ ਆ, ਅਤੇ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਈਦ ਦੀਆਂ ਵਧਾਈਆਂ ਦੇ ਰਿਹਾ। ਸੋ ਸਰਕਾਰਾਂ ਨੂੰ ਇਸ ਸਾਰੇ ਮਸਲੇ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਆ, ਔਰ ਨਾਲ ਦੀ ਨਾਲ ਸਰਕਾਰਾਂ ਦੇ ਉਹਨਾਂ ਦਾਅਵਿਆਂ ਦੀ ਲਾਰੈਂਸ ਬਿਸ਼ਨੋਈ ਹਮੇਸ਼ਾ ਪੋਲ ਖੋਲ੍ਹ ਦਿੰਦਾ, ਜਿੱਥੇ ਸਰਕਾਰ ਦਾਅਵੇ ਕਰਦੀ ਆ ਕਿ ਅਸੀਂ ਤਾਂ ਇਹਨੂੰ ਪੂਰੇ ਪੁਖਤਾ ਪ੍ਰਬੰਧਾਂ ਦੇ ਹੇਠ ਰੱਖਿਆ ਹੋਇਆ, ਇੱਥੇ ਤਾਂ ਚਿੜੀ ਨਹੀਂ ਪਰ ਮਾਰ ਸਕਦੀ, ਇੱਥੇ ਮੋਬਾਈਲ ਜੈਮਰ ਲੱਗੇ ਹੋਏ ਆ, ਪਰ ਜਿਹੜੇ ਜੈਮਰ ਲੱਗੇ ਹੋਏ ਆ, ਚਾਹੇ ਉਹ ਪੰਜਾਬ ਦੀਆਂ ਜੇਲ੍ਹਾਂ ਹੋਣ ਅਤੇ ਭਾਵੇਂ ਗੁਜਰਾਤ ਦੀਆਂ, ਇਹ ਹਾਲ ਤੁਹਾਡੇ ਸਾਹਮਣੇ ਆ। ਹੁਣ ਇਹ ਜਿਹੜਾ ਲਾਰੈਂਸ ਬਿਸ਼ਨੋਈ ਆ, ਇਹਦਾ ਜਿਹੜਾ ਸਾਥੀ ਆ ਗੋਲਡੀ ਬਰਾੜ, ਉਹ ਵੀ ਇਸੇ ਤਰ੍ਹਾਂ ਕਰਦਾ, ਉਹ ਵੀ ਜਿਹੜਾ ਉਹਦਾ ਦਿਲ ਕਰਦਾ ਵੀ ਹੁਣ ਮੈਂ ਇੱਕ ਆਡੀਓ ਮੈਸੇਜ ਜਾਂ ਕਿਸੇ ਦੇ ਨਾਲ ਗੱਲ ਕਰਾਂ, ਉਹਦਾ ਵੀ ਜਦੋਂ ਦਿਲ ਕਰਦਾ ਗੱਲ ਕਰ ਲੈਂਦਾ। ਕਦੀ ਕਹਿ ਦਿੰਦੇ ਆ ਵੀ ਜਿਹੜਾ ਗੋਲਡੀ ਬਰਾੜ ਆ ਇਹ ਕੈਨੇਡਾ ਦੇ ਵਿੱਚ ਆ, ਕਦੀ ਕਹਿੰਦੇ ਆ ਅਮੈਰੀਕਾ ਦੇ ਵਿੱਚ ਆ, ਅਤੇ ਫਿਰ ਅਮੈਰੀਕਾ 'ਚ ਜਦੋਂ ਕਹਿੰਦੇ ਆ ਹੈਗਾ ਤਾਂ ਉਦੋਂ ਸਰਕਾਰ ਸਾਡੀ ਦਾਅਵਾ ਕਰ ਦਿੰਦੀ ਆ ਵੀ ਸਾਡੀ ਤਾਂ ਜਿਹੜੀ ਪੁਲਿਸ ਟੀਮ ਆ, ਸਾਡੀ ਪੁਲਿਸ ਪਾਰਟੀ ਜਿਹੜੀ ਆ ਉਹ ਗੋਲਡੀ ਬਰਾੜ ਦੇ ਬਹੁਤ ਲਾਗੇ ਪਹੁੰਚ ਗਈ ਆ। ਸਮਝ ਲਓ ਅੱਜ ਭਲਕੇ ਉਹਨੂੰ ਗ੍ਰਿਫਤਾਰ ਕਰ ਲਿਆ। ਹੁਣ ਇਸ ਗੱਲ ਨੂੰ ਵੀ ਲਗਭਗ 10 ਮਹੀਨੇ ਹੋ ਗਏ ਆ ਜਦੋਂ ਦਾ ਇਹ ਦਾਅਵਾ ਕੀਤਾ ਸੀਗਾ ਵੀ ਗੋਲਡੀ ਬਰਾੜ ਜਿਹੜਾ ਉਹ ਸਾਡੀ ਪਹੁੰਚ ਦੇ ਵਿੱਚ ਆ, ਸਾਡੀ ਰਡਾਰ 'ਤੇ ਆ, ਅਤੇ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਇਹ ਦੋਵੇਂ ਗੈਂਗਸਟਰ ਜਿਹੜੇ ਇਸ ਵੇਲੇ ਸਿਰਦਰਦੀ ਬਣੇ ਹੋਏ ਆ ਪੰਜਾਬ ਪੁਲਿਸ ਵਾਸਤੇ, ਅਤੇ ਕਹਿ ਲਈਏ ਵੀ ਭਾਰਤ ਦੀ ਪੁਲਿਸ ਵਾਸਤੇ, ਭਾਰਤ ਦੀਆਂ ਖੁਫੀਆ ਏਜੰਸੀਆਂ ਵਾਸਤੇ, ਇਹ ਦੋਵੇਂ ਜਾਣੇ ਬੜੇ ਆਨੰਦ ਦੇ ਨਾਲ ਜਿੱਥੇ ਇਹਨਾਂ ਦਾ ਦਿਲ ਕਰਦਾ ਉੱਥੇ ਗੱਲਬਾਤ ਕਰਦੇ ਆ। ਜਦੋਂ ਇਹਨਾਂ ਦਾ ਦਿਲ ਕਰਦਾ ਵੀ ਆਡੀਓ ਗੱਲ ਕਰਨੀ ਆ, ਇੱਥੇ ਆਪਣਾ ਵੀਡੀਓ ਨਹੀਂ ਬਣਾਉਣੀ, ਉੱਥੇ ਵੀਡੀਓ ਨਹੀਂ ਬਣਾਉਂਦੇ, ਅਤੇ ਜਿੱਥੇ ਇਹਨਾਂ ਦਾ ਦਿਲ ਕਰਦਾ ਵੀ ਅਸੀਂ ਹੁਣ ਇੱਥੇ ਵੀਡੀਓ ਕਾਲ ਕਰਨੀ ਆ ਬੰਦੇ ਨੂੰ ਧਮਕਾਉਣਾ, ਜਾਂ ਇਹ ਸਾਡਾ ਖਾਸ ਦੋਸਤ ਆ ਅਤੇ ਉਹਦੇ ਨਾਲ ਵੀਡੀਓ ਗੱਲ ਕਰਦੇ ਆ। ਹੁਣ ਸ਼ਹਿਜ਼ਾਦ ਭੱਟੀ ਬਾਰੇ ਵੀ ਇਹ ਕਿਹਾ ਜਾਂਦਾ ਵੀ ਇਹ ਵੀ ਪਾਕਿਸਤਾਨ ਦਾ ਇੱਕ ਨਾਮੀ ਗੈਂਗਸਟਰ ਆ, ਉੱਥੋਂ ਦੇ ਕਈ ਵੱਡੇ ਗੈਂਗਸਟਰਸ ਦੇ ਨਾਲ ਇਹਦੇ ਲਿੰਕ ਆ। ਹਾਲ ਦੀ ਘੜੀ 'ਚ ਦੱਸਿਆ ਜਾਂਦਾ ਵੀ ਇਹ ਦੁਬਈ ਆਇਆ ਹੋਇਆ ਜਿਹੜਾ ਸ਼ਹਿਜ਼ਾਦ ਭੱਟੀ ਆ, ਜੋ ਇਸ ਵੇਲੇ ਪਤਾ ਲੱਗ ਰਿਹਾ ਰਿਪੋਰਟਸ ਦੇ ਮੁਤਾਬਕ ਵੀ ਇਹ ਇਸ ਵੇਲੇ ਦੁਬਈ ਦੇ ਵਿੱਚ ਰਹਿੰਦਾ ਵਾ ਜਾਂ ਉੱਥੇ ਘੁੰਮਣ ਆਇਆ ਹੋਇਆ, ਜਿੱਥੇ ਲਾਰੈਂਸ ਉਹਦੇ ਨਾਲ ਗੱਲ ਕਰ ਰਿਹਾ। ਸੋ ਇਹ ਬਹੁਤ ਵੱਡੇ ਸਵਾਲ ਜਿਹੜੇ ਆ ਪ੍ਰਸ਼ਾਸਨ 'ਤੇ ਖੜ੍ਹੇ ਹੁੰਦੇ ਆ ਵੀ ਇੱਕ ਕੈਦੀ, ਮੋਸਟ ਵਾਂਟਿਡ ਕੈਦੀ ਜਿਹੜਾ ਹੈ ਤੁਹਾਡੀ ਗ੍ਰਿਫਤ ਦੇ ਵਿੱਚ ਹੀ ਆ, ਪਰ ਜਦੋਂ ਉਹਦਾ ਦਿਲ ਕਰਦਾ ਉਹ ਸਰਕਾਰ ਨੂੰ ਠਿੱਬੀ ਲਾ ਦਿੰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।